ਮੇਰੇ ਪਿਆਰਿਓ, ਯੇਸੂ ਦੇ ਨਾਂ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਆਸ ਹੈ ਕਿ ਠੀਕ ਠਾਕ ਹੋ, ਆਨੰਦ ਵਿੱਚ ਹੋ। ਯੇਸੂ ਮਸੀਹ ਸਾਨੂੰ ਸੰਭਾਲ ਕੇ ਰੱਖਦਾ ਹੈ ਤੇ ਸਾਡਾ ਧਿਆਨ ਰੱਖਦਾ ਹੈ, ਪਿਆਰ ਕਰਦਾ ਹੈ। ਇਸ ਲਈ ਹਰ ਦਿਨ ਸਾਡੇ ਨਾਲ ਗੱਲ ਕਰਦਾ ਹੈ, ਬਰਕਤ ਦਿੰਦਾ ਹੈ, ਸਾਡੀ ਅਗਵਾਈ ਕਰਦਾ ਹੈ, ਸਲਾਹ ਦਿੰਦਾ ਹੈ, ਜਦੋਂ ਜ਼ਿੰਦਗੀ ਵਿੱਚ ਗਲਤੀ ਕਰਦੇ ਹਾਂ ਸਹੀ ਰਾਹ ਵਿਖਾਉਂਦਾ ਹੈ। ਸੋ ਪ੍ਰਭੂ ਯੇਸੂ ਮਸੀਹ ਅੱਜ ਆਪਣੇ ਵਚਨ ਦੇ ਦੁਆਰਾ ਸਾਨੂੰ ਕੀ ਕਹਿਣਾ ਚਾਹ ਰਿਹਾ ਹੈ। ਯਰਮੀਆ ਦੀ ਪੁਸਤਕ 33 ਅਧਿਆਏ ਅਤੇ ਉਸ ਦੀ 26 ਆਇਤ, ਪ੍ਰਭੂ ਕਹਿੰਦਾ ਹੈ, ਸਗੋਂ ਮੈਂ ਉਹਨਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਉਹਨਾਂ ਨਾਲ ਰਹਿਮ ਕਰਾਂਗਾ। ਪ੍ਰਭੂ ਇੱਥੇ ਕੀ ਕਹਿ ਰਿਹਾ ਹੈ? ਮੈਂ ਤੁਹਾਨੂੰ ਤੁਹਾਡੀ ਗੁਲਾਮੀ ਤੋਂ ਛੁਡਾਵਾਂਗਾ ਅਤੇ ਤੁਹਾਨੂੰ ਆਜ਼ਾਦ ਕਰਾਂਗਾ। ਕੀ ਤੁਸੀਂ ਹਰ ਸਮੇਂ ਇਹੋ ਸੋਚਦੇ ਹੋ ਕਿ ਮੈਨੂੰ ਪਿਆਰ ਕਰਨ ਵਾਲਾ ਅਤੇ ਮੈਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ? ਮੇਰੇ ਆਪਣੇ ਘਰ ਦੇ ਲੋਕ ਮੇਰੇ ਵਿਰੁੱਧ ਹਨ, ਮੇਰੇ ਨਾਲ ਬੁਰਾ ਵਿਹਾਰ ਕਰਦੇ ਹਨ, ਗੁੱਸਾ ਕਰਦੇ ਹਨ, ਮੇਰੇ ਨਾਲ ਲੜਦੇ ਹਨ, ਤੇ ਕੋਈ ਵੀ ਮੇਰੇ ਨਾਲ ਪ੍ਰੇਮ ਨਹੀਂ ਵਿਖਾਉਂਦਾ ਹੈ। ਪ੍ਰਭੂ ਕਹਿੰਦਾ ਹੈ, ਬੇਟਾ ਇਸ ਤਰ੍ਹਾਂ ਨਹੀਂ ਹੈ, ਮੈਂ ਤੇਰੇ 'ਤੇ ਰਹਿਮ ਕਰਦਾ ਹਾਂ। ਬੇਟੀ, ਮੈਂ ਤੇਰੇ ਉੱਤੇ ਰਹਿਮ ਕਰਦਾ ਹਾਂ। ਸੋ ਅੱਜ ਦੇ ਦਿਨ ਪ੍ਰਭੂ ਸਾਨੂੰ ਕੀ ਕਹਿਣਾ ਚਾਹ ਰਿਹਾ ਹੈ? ਇਹ ਕਿ ਜੇਕਰ ਮੈਂ ਤੇਰੇ ਉੱਤੇ ਦਇਆ ਨਹੀਂ ਕਰਾਂਗਾ ਤਾਂ ਕਿਸੇ ਹੋਰ 'ਤੇ ਕਿਵੇਂ ਦਇਆ ਕਰਾਂਗਾ? ਇਸ ਕਰਕੇ ਤੁਸੀਂ ਚਿੰਤਾ ਨਹੀਂ ਕਰਨੀ ਹੈ, ਕਿਸੇ ਵੀ ਗੱਲ ਤੋਂ ਘਬਰਾਉਣਾ ਨਹੀਂ ਹੈ। ਮੈਂ ਤੁਹਾਡੇ 'ਤੇ ਅੱਜ ਦਇਆ 'ਤੇ ਰਹਿਮ ਕਰਨ ਦਾ ਵਾਅਦਾ ਕਰਦਾ ਹਾਂ। ਤੁਸੀਂ ਪਰਮੇਸ਼ਰ ਨੂੰ ਕਹਿੰਦੇ ਹੋ, ਪ੍ਰਭੂ ਤੂੰ ਹੀ ਮੇਰੇ ਲਈ ਕੁਝ ਕਰ, ਤਾਂ ਪ੍ਰਭੂ ਅੱਜ ਕਹਿੰਦਾ ਹੈ, ਤੁਸੀਂ ਕਿਸੇ ਨਾ ਕਿਸੇ ਬੰਧਨ ਵਿੱਚ ਹੋ, ਕਿਸੇ ਨਾ ਕਿਸੇ ਗੁਲਾਮੀ 'ਚ ਹੋ, ਤਾਂ ਅੱਜ ਪ੍ਰਭੂ ਇਹ ਵਾਅਦਾ ਕਰ ਰਿਹਾ ਹੈ, ਮੈਂ ਤੁਹਾਨੂੰ ਉਸ ਗੁਲਾਮੀ ਤੋਂ, ਉਸ ਬੰਧਨ ਤੋਂ ਛੁਡਾਵਾਂਗਾ। ਬਿਮਾਰੀ ਦਾ ਬੰਧਨ ਹੈ ਜਾਂ ਜੀਵਨ ਵਿੱਚ ਕਰਜ਼ਾ ਨਾਮਕ ਬੰਧਨ ਹੈ, ਕਿਸੇ ਰੋਗ ਨਾਂ ਦਾ ਕੋਈ ਬੰਧਨ ਹੈ, ਤੇ ਹਰ ਪਾਸਿਓਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ, ਲੇਕਿਨ ਮੈਂ ਅੱਜ ਦੇ ਦਿਨ ਤੁਹਾਨੂੰ ਹਰ ਤਰ੍ਹਾਂ ਦੀ ਗੁਲਾਮੀ ਤੋਂ ਛੁਡਾ ਕੇ ਜੀਵਨ ਵਿੱਚ ਬਰਕਤ ਦੇਣਾ ਚਾਹੁੰਦਾ ਹਾਂ। ਪਰਮੇਸ਼ਰ ਅੱਜ ਕਹਿ ਰਿਹਾ ਹੈ, ਮੇਰੇ ਬੇਟੇ, ਮੇਰੀ ਬੇਟੀ, ਤੈਨੂੰ ਕਦੇ ਵੀ ਇਸ ਬੰਧਨ 'ਚ ਰਹਿਣ ਦੀ ਲੋੜ ਨਹੀਂ ਹੈ। ਤੈਨੂੰ ਆਜ਼ਾਦ ਕਰਨ ਵਾਸਤੇ ਹੀ ਮੈਂ ਸਲੀਬ ਉੱਤੇ ਆਪਣੀ ਜਾਨ ਦਿੱਤੀ ਹੈ, ਆਪਣਾ ਲਹੂ ਵਹਾਇਆ ਹੈ। ਪ੍ਰਭੂ ਕਹਿੰਦਾ ਹੈ, ਮੈਂ ਤੁਹਾਡੇ ਲਈ ਆਪਣੀ ਜਾਨ ਦਿੱਤੀ ਹੈ। ਕੀ ਮੈਂ ਤੁਹਾਨੂੰ ਛੁਡਾ ਨਹੀਂ ਸਕਦਾ ਹਾਂ? ਤੁਹਾਡੇ ਸਭ ਬੰਧਨਾਂ, ਸਾਰੀ ਪਰੇਸ਼ਾਨੀ ਤੇ ਸਾਰੀ ਤਕਲੀਫ ਦਾ ਇੱਕੋ ਕਾਰਨ ਹੈ, ਅਤੇ ਉਹ ਹੈ ਦੁਸ਼ਟ ਸ਼ੈਤਾਨ। ਮੈਂ ਤੁਹਾਡੇ ਉੱਤੇ ਦਇਆ ਕਰਨ ਵਾਸਤੇ ਹੀ ਸਲੀਬ 'ਤੇ ਜਾਨ ਦਿੱਤੀ ਹੈ, ਤੇ ਮੈਂ ਜ਼ਰੂਰ ਤੈਨੂੰ ਆਜ਼ਾਦ ਕਰਾਂਗਾ, ਤੈਨੂੰ ਛੁਡਾਵਾਂਗਾ। ਜੋ ਵੀ ਤੇਰਾ ਬੰਧਨ ਹੈ, ਮੈਂ ਤੈਨੂੰ ਉਸ ਤੋਂ ਆਜ਼ਾਦ ਕਰਾਂਗਾ। ਪ੍ਰਭੂ ਤੁਹਾਡੇ ਵੱਲ ਵੇਖ ਕੇ ਕਹਿ ਰਿਹਾ ਹੈ, ਜੇ ਹੁਣੇ ਪ੍ਰਾਰਥਨਾ ਕਰੋਗੇ ਤਾਂ ਮੈਂ ਸਾਰੇ ਬੰਧਨ ਦੂਰ ਕਰਾਂਗਾ। ਅੱਜ ਜੀਵਨ ਵਿੱਚ ਕੋਈ ਬੰਧਨ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਆਪਣੇ ਹੱਥ ਨੂੰ ਆਪਣੇ ਦਿਲ 'ਤੇ ਰੱਖੋ ਤੇ ਕਹੋ, ਹੇ ਪਰਮੇਸ਼ਰ, ਤੂੰ ਸਾਡੇ ਉੱਤੇ ਦਇਆ ਕਰਨ ਵਾਲਾ ਪ੍ਰਭੂ ਹੈ। ਮੇਰੇ ਬੰਧਨ ਦੂਰ ਕਰਨ ਲਈ ਹੀ ਤੂੰ ਸਲੀਬ 'ਤੇ ਕੁਰਬਾਨੀ ਦਿੱਤੀ ਹੈ ਤੇ ਸ਼ੈਤਾਨ ਉੱਤੇ ਜਿੱਤ ਹਾਸਲ ਕੀਤੀ ਹੈ। ਸ਼ੈਤਾਨ ਦੇ ਵੱਲੋਂ ਮੇਰੇ ਜੀਵਨ ਵਿੱਚ ਜਿਹੜਾ ਵੀ ਬੰਧਨ ਲਿਆਂਦਾ ਗਿਆ ਹੈ, ਯੇਸੂ ਮਸੀਹ ਦੇ ਨਾਂ ਵਿੱਚ ਅੱਜ ਉਹ ਦੂਰ ਹੋ ਜਾਵੇ। ਮੈਂ ਦੁਆ ਕਰਦਾ ਹਾਂ ਯੇਸੂ ਦੇ ਨਾਂ ਵਿੱਚ। ਆਮੀਨ, ਆਮੀਨ।